ਹੈਲੋ ਨਮਸਤੇ ਆਦਾਬ ਸਤ ਸ੍ਰੀ ਅਕਾਲ ਦੋਸਤੋ ਦੋਸਤੋ ਕਲਾਕਾਰ ਤੋਂ ਪੰਜਾਬੀ 뮤직 ਇੰਡਸਟਰੀ ਦਾ ਸਟਾਰ ਬਣਨ ਵਾਸਤੇ ਜਿਹੜੇ ਟੈਲੈਂਟਡ ਸਿੰਗਰਸ ਵਧਾਉਂਦੇ ਨੇ ਆਪਣੇ ਕਦਮ ਉਹਨਾਂ ਨਾਲ ਮੈਂ ਤੁਹਾਡੇ ਮਲਾਕਾਤ ਕਰਵਾਉਣਾ ਹਾਂ ਇਸ ਸ਼ੋਅ ਦੇ ਵਿੱਚ ਨਾਮ ਹੈ ਜਿਸ ਦਾ ਫਰਸਟ ਲੁੱਕ ਦੋਸਤੋ ਅੱਜ ਮੇਰੇ ਸ਼ੋਅ ਦੇ ਵਿੱਚ ਮੇਰਾ ਖਾਸ ਮਹਿਮਾਨ ਹੈ ਜੀ ਜਗਰਾਉਂ ਦਾ ਉਹ ਗਬਰੂ ਜਵਾਨ ਮੁੰਡਾ ਜਿਸ ਦੀ ਦੁਆ ਰੱਬ ਨੇ ਕਬੂਲ ਕਰ ਲੇਤੀ ਹੈ ਤੇ ਉਸ ਦੀ ਗਾਇਕੀ ਨੂੰ ਦੇ ਰਹੇ ਨੇ ਜੀ ਲੋਕੀ ਟਰਸਰਾ ਪਿਆ ਜੀ ਆ ਦੋਸਤੋ ਮੈਂ ਗੱਲ ਕਰ ਰਿਹਾ ਹਾਂ ਜੀ ਰਮਨ ਗੋਇਲ ਦੀ ਸਸੀਗਲ ਰਮਨ ਗੋਇਲ ਸਸੀਗਲ ਭਾਜੀ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਫਰਸਟ ਲੁੱਕ ਦੇ ਵਿੱਚ ਧੰਨਵਾਦ ਭਾਜੀ ਬਹੁਤ ਬਹੁਤ ਜਨਾ ਰਮਨ ਗੋਇਲ ਤਾਨੂੰ 2 ਸਾਲ ਹੋ ਚੁੱਕੇ ਨੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਇਹ ਪੂਰੇ 2 ਸਾਲ ਦੇ ਐਕਸਪੀਰੀਅੰਸ ਦੇ ਬਾਰੇ ਸਾਨੂੰ ਦੱਸੋ ਤੇ ਤੁਹਾਡੇ ਸਿੰਗਿੰਗ ਕੈਰੀਅਰ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਭਾਜੀ 2 ਸਾਲ ਪਹਿਲਾਂ ਇਹ ਸ਼ੁਰੂਆਤ ਕੀਤੀ ਆ ਮੈਂ ਸੋਚਿਆ ਨਹੀਂ ਸੀ ਕਿ ਬਹੁਤ ਵਧੀਆ ਚੱਲਣਗੇ ਇਸ ਲੈਵਲ ਤੇ ਗਾਣੇ ਚੱਲਣਗੇ ਜਦੋਂ ਸ਼ੁਰੂਆਤ ਕੀਤੀ ਆ ਉਦੋਂ ਸੋਚਿਆ ਤਾਂ ਇਹੀ ਸੀ ਵੀ ਅੱਗੇ ਵਧਾਂਗੇ ਹਾਂ ਹਾਂ ਵੀ ਹੁਣ ਵਧੀਆ ਚੱਲ ਰਹੇ ਨੇ ਟਰੈਕਸ ਰਾਈਟ ਹੋਰ ਮਿਹਨਤ ਚੱਲ ਰਹੀ ਆ ਹੋਰ ਅੱਗੇ ਅੱਗੇ ਵਧਾਂਗੇ ਤੇ ਇੰਟਰਸਟ ਤੁਹਾਡਾ ਕਿਵੇਂ ਪਿਆ ਸਿੰਗਿੰਗ ਵੱਲ ਸ਼ੁਰੂਆਤ ਕਿਸ ਤਰ੍ਹਾਂ ਕੀਤੀ ਕਿਉਂਕਿ ਤੁਸੀਂ ਬਿਲੋਂਗ ਕਰਦੇ ਹੋ ਇੱਕ ਬਿਜ਼ਨਸ ਫੈਮਲੀ ਨੂੰ ਤੇ ਬਿਜ਼ਨਸ ਫੈਮਲੀ ਦੇ ਵਿੱਚ ਅਕਸਰ ਕੀ ਹੁੰਦਾ ਕਿ ਤੁਸੀਂ ਆਪਣੇ ਬਿਜ਼ਨਸ ਦੇ ਵੱਲ ਹੀ ਧਿਆਨ ਦਿੰਨੇ ਹੋ ਪਰ ਸਿੰਗਿੰਗ ਵੱਲ ਤੁਹਾਡਾ ਇੰਟਰਸਟ ਕਿਵੇਂ ਪਿਆ ਭਾਜੀ ਜਦੋਂ ਮੈਂ ਕਾਫੀ ਮੰਨ ਲਓ 10th ਕਲਾਸ +1 ਦੇ ਵਿੱਚ ਹੁੰਦਾ ਸੀ ਅੱਛਾ ਸਕੂਲ ਟਾਈਮ ਦੇ ਵਿੱਚ ਅੱਛਾ ਉਦੋਂ ਗਾਣੇ ਸੁਣਦਾ ਰਹਿੰਦਾ ਸੀ ਅੱਛਾ ਮੈਂ ਇੱਕ ਵਾਰ ਸੋਨੂ ਨਿ ਉਮੈਂ ਇੰਨਾ ਸੁਣਿਆ ਮਤਲਬ ਉਹ ਫੀਲ ਨੂੰ ਕੈਚ ਕੀਤਾ ਉਹਦੇ ਨਾਲ ਗਾਣ ਗਾਣ ਦੀ ਕੋਸ਼ਿਸ਼ ਕੀਤੀ ਅੱਛਾ ਇੱਕ ਵਾਰ ਮੇਰੇ ਕਲਾਸ ਦੇ ਵਿੱਚ ਟੀਚਰ ਨੇ ਕਿਹਾ ਕਿ ਚਲੋ ਸਾਰੇ ਬੱਚੇ ਗਾਣਾ ਸੁਣਾਓ ਫਿਰ ਮੈਂ ਉੱਥੇ ਉਹ ਗਾਣਾ ਸੁਣਾਇਆ ਬੁ ਮੂਝੇ ਰਾਤ ਦਿਨ ਟੀਚਰ ਕਹਿੰਦੇ ਯੂ ਸ਼ੁੱਡ ਮਤਲਬ ਤੁਹਾਨੂੰ ਅੱਗੇ ਜਾਣਾ ਚਾਹੀਦਾ ਇਸ ਲਾਈਨ ਦੇ ਵਿੱਚ ਉੱਥੋਂ ਮੈਨੂੰ ਬੂਸਟ ਮਿਲਿਆ ਤੇ ਮੈਂ ਸੋਚਿਆ ਕਿ ਇਸ ਨੂੰ ਅੱਗੇ ਵਧਾਈਏ ਫਿਰ ਮੇਰੀ ਸ਼ੁਰੂਆਤ થઈ ਉਹਦੀ ਸ਼ੁਰੂਆਤ ਹੋਈ ਅਕਸਰ ਇਹ ਹੁੰਦਾ ਕਿ ਜਿੰਨੇ ਵੀ ਮੈਂ ਫਸਟ ਲੁੱਕ ਦੇ ਵਿੱਚ ਸਿੰਗਲ ਨਾਲ ਗੱਲਬਾਤ ਕਰਦਾਨਾ ਤੇ ਕਿਤਨਾ ਕਿਤੇ ਉਹਨਾਂ ਦੀ ਸਕੂਲ ਵਾਲੀ ਚੀਜ਼ ਹਮੇਸ਼ਾ ਜੁੜੀ ਹੁੰਦੀ ਹੈ ਜਰੂਰ ਜਰੂਰ ਸਿੰਘ ਸ਼ੁਰੂਆਤ ਜੀ ਹੈ ਬਰ ਕਾਲਜ ਤੋਂ ਸ਼ੁਰੂਆਤ ਹੋਈ ਸੀ ਸਿੰਗਿੰਗ ਦੀ ਸ਼ੁਰੂਆਤ ਬਸ ਉੱਥੇ ਹੀ ਸਕੂਲ ਟਾਈਮ ਤੋਂ ਹੀ ਰਾਈਟ 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 ਪਰ ਤੁਸੀਂ ਸਿੱਖਿਆ ਵੀ ਜੀ ਬਾਜੀ ਸਕੂਲ ਟਾਈਮ ਤੋਂ ਉਸ ਉਸ ਤੋਂ ਬਾਅਦ ਨਾਲ ਹੀ ਪ੍ਰਵੀਨ ਮਹਾਰਾਜੀ ਨੇ ਲੁਧਿਆਣਾ ਤੋਂ ਅੱਛਾ ਉਹ ਮੇਰੇ ਸਕੂਲ ਦੇ ਵਿੱਚ 뮤직 ਟੀਚਰ ਸੀ ਉਹਨਾਂ ਤੋਂ ਸਿੱਖਿਆ 2 ਸਾਲ ਅੱਛਾ ਉਸ ਤੋਂ ਬਾਅਦ ਸਕੂਲ ਲੀਵ ਕਰਨ ਤੋਂ ਬਾਅਦ ਜਦੋਂ ਗ੍ਰੈਜੂਏਸ਼ਨ ਮੇਰੀ ਸਟਾਰਟ ਹੋਈ ਚੰਡੀਗੜ੍ਹ ਦੇ ਵਿੱਚ ਪ੍ਰਾਚੀਨ ਕਲਾ ਕੇਂਦਰ ਤੋਂ ਮੈਂ 2 ਸਾਲ ਸਿੱਖਿਆ ਰਾਈਟ 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 ਤਾਂ ਪੂਰਾ ਦੌਰ ਚੱਲਦਾ ਗਿਆ ਸਕੂਲ ਤੋਂ ਬਾਅਦ ਸਰਕਾ ਦੇ ਵਿੱਚ ਹਾਂਜੀ 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 ਫਿਰ ਨਹੀਂ ਛੱਡਿਆ ਗਿਆ ਰਾਈਟ ਰਾਈਟ ਪਰ ਪਾਜੀ ਤੁਹਾਡੇ ਘਰ ਦੇਆਂ ਦਾ ਕੀ ਰਿਸਪੌਂਸ ਸੀਗਾ ਕਿ ਕਿ ਕਈ ਵਾਰ ਘਰ ਦੇ ਨਹੀਂ سپورਟਿਵ ਹੁੰਦੇ بزਨਸ ਫੈਮਲੀ ਤੋਂ ਬਿਲੋਂਗ ਕਰਦੇ ਤੁਸੀਂ ਸੋ ਰਮਨ ਤੁਹਾਡੇ ਫੈਮਲੀ ਦਾ ਕੀ ਰਿਸਪੌਂਸ ਰਿਹਾ ਪਾਜੀ ਫ੍ਰੈਂਕਲੀ ਫੈਮਲੀ ਦੀ ਜ਼ਿਆਦਾ ਸਪੋਰਟ ਇਸ ਲਾਈਨ ਦੇ ਵਿੱਚ ਨਹੀਂ ਹੈਗੀ ਕਿਉਂਕਿ بزਨਸ ਕਲਾਸ ਤੋਂ ਬਿਲੋਂਗ ਕਰਦੇ ਆ ਹਾਂ ਹਾਂ ਉਹਨਾਂ ਨੂੰ ਸੋਚ ਇਹ ਬਣੀ ਹੋਈ ਹੈ ਕਿ ਬਿਜ਼ਨਸ ਕਲਾਸ ਫੈਮਿਲੀ ਦੇ ਮੁੰਡੇ ਗੰਦੇ ਚੰਗੇ ਨਹੀਂ ਲੱਗਦੇ ਮੈਂ ਤੁਹਾਨੂੰ ਵੀ ਕਹੂੰਗਾ ਮਾੜਿਆ ਮੇਰੇ ਘਰ ਦੇ ਆਪਣੇ ਤੌਰ ਤੇ ਤੁਸੀਂ ਕਰਿਓ ਕੀ ਜ਼ਰੂਰ ਹਨਾ ਉਹਨਾਂ ਨੂੰ ਕੇ ਲਾਈਨ ਦੇ ਵਿੱਚ ਕੁਝ ਗਲਤ ਨਹੀਂ ਹੈਗਾ ਰਾਈਟ ਰਾਈਟ ਨਹੀਂ ਜੇ ਤੁਸੀਂ ਕਹਿੰਦੇ ਮੈਂ ਜ਼ਰੂਰ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਇਹੋ ਜਿਹੀ ਕੋਈ ਗੱਲਬਾਤ ਨਹੀਂ ਹੈਗੀ ਜੀ ਬਿਜ਼ਨਸ ਮੁੰਡਾ ਆਲਰੇਡੀ ਕਰ ਰਿਹਾ ਤੇ ਜੇ ਉਹਨਾਂ ਦੀ ਇਹ ਹੌਬੀ ਹੈਗੀ ਤਾਂ ਸ਼ਾਇਦ ਇਸ ਨੂੰ ਅੱਗੇ ਵਧ ਕਰਾ ਰੱਖਣਾ ਚਾਹੀਦਾ ਸਿੰਗਿੰਗ ਵੀ ਮਾੜੀ ਗੱਲ ਨਹੀਂ ਹੈਗੀ ਤੁਸੀਂ ਲੋਕਾਂ ਤੱਕ ਸੰਗੀਤ ਪਹੁੰਚਾਉਂਦੇ ਹੋ ਇੱਕ ਬਹੁਤ ਵੱਡਾ ਇੱਕ ਕੰਮ ਬਹੁਤ ਵੱਡੀ ਚੀਜ਼ ਹੈ ਜੋ ਤੁਸੀਂ ਦੁਨੀਆ ਦੇ ਵਿੱਚ ਨਾਲੇ ਰੂਹਦਾਰੀ ਆ ਪਾਜੀ ਜਿਹੜੀ ਚੀਜ਼ 'ਚ ਖੁਸ਼ੀ ਮਿਲਦੀ ਆ bizness ਨਾਲ ਨਾਲ ਕਰੀਦਾ ਇਹ ਚੀਜ਼ ਦੇ ਵਿੱਚ ਖੁਸ਼ੀ ਮਿਲਦੀ ਆ ਰੂਹ ਨੂੰ ਸਕੂਨ ਮਿਲਦਾ ਨਾ ਤਾਂ ਉਹ ਕਰੀਦੀ ਆ ਲੋ ਜੀ ਹੁਣ ਮੁੰਡੇ ਦਾ ਤੁਸੀਂ ਪੂਰੀ ਸਪੋਰਟ ਕਰਨੀ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਬਹੁਤ ਵੱਡੀਆਂ ਮੁੰਡਾ ਕਰ ਰਿਹਾ ਤੇ ਮੈਂ ਉਮੀਦ ਕਰਦਾ ਤੁਹਾਨੂੰ ਸਪੋਰਟ ਕਰਨਗੇ ਉਹ ਪਰ ਪਾਜੀ ਫਿਰ ਵੀ ਤੁਸੀਂ ਰਮਨ ਇਸ ਤੋਂ ਮਤਲਬ ਕਰਦੇ ਨਹੀਂ ਸਪੋਰਟ ਤੇ ਨਾ ਹੋਣ ਦੇ ਬਾਵਜੂਦ ਵੀ ਫਿਰ ਵੀ ਤੁਸੀਂ ਸਿੰਗਿੰਗ ਵੱਲ ਗਏ ਜੀ ਇਹ ਫਿਰ ਕਿਸ ਤਰ੍ਹਾਂ ਪੋਸੀਬਲ ਹੋਇਆ ਕਹਿੰਦੇ ਨਹੀਂ ਹੁੰਦੇ ਕਿ ਕੀ ਬਸ ਵੀ ਇਹ ਤਾਂ ਹੁਣ ਮਰਨ ਦੇ ਨਾਲ ਹੀ ਜਾਊਗਾ ਤੇ ਬਸ ਇਹ ਹੱਡਾ-ਹੱਡਾ ਸਾਰੇ ਹਰ ਇੱਕ ਚੀਜ਼ ਦੇ ਵਿੱਚ ਬਸੀ ਹੋਈ ਆ ਪਰ ਨਹੀਂ ਪੋਸੀਬਲ ਕਿਸ ਤਰ੍ਹਾਂ ਹੋਇਆ ਤੁਸੀਂ ਟਰੈਕ ਕਿਵੇਂ ਲਾਂਚ ਕੀਤਾ ਜਿਹੜਾ ਤੁਹਾਡੇ ਤਿੰਨ ਚਾਰ ਟਰੈਕ ਆ ਚੁੱਕੇ ਨੇ ਮਾਰਕੀਟ ਦੇ ਵਿੱਚ ਬਹੁਤ ਜ਼ਿਆਦਾ ਸਪੋਰਟ ਹੈ ਇਸ ਲਾਈਨ ਦੇ ਵਿੱਚ ਸਾਰੇ ਫਰੈਂਡਸ ਮੈਨੂੰ ਸਪੋਰਟ ਕਰਦੇ ਨੇ ਪੂਰਾ ਰੱਜ ਕੇ ਜਦੋਂ ਵੀ ਕੋਈ ਟਰੈਕ ਰਿਕਾਰਡ ਕਰਨਾ ਇਕੱਠੇ ਅਸੀਂ ਕਰਦੇ ਹਾਂ ਉਸ ਨੂੰ ਸਾਰੇ ਇਕੱਠੇ ਉਹਨੂੰ ਮਿਲ ਕੇ ਪ੍ਰਮੋਟ ਕਰਦੇ ਨੇ ਤਾਂ ਹੀ ਇੱਥੇ ਅੱਜ ਤੁਹਾਡੇ ਸਾਹਮਣੇ ਤੁਸੀਂ ਮੌਕਾ ਦਿੱਤਾ ਇੱਥੇ ਸੋ ਯਾਰਾਂ ਦੋਸਤਾਂ ਦਾ ਕਾਫੀ ਜਿਹੜਾ ਜਰਨਲ ਸਾਥ ਰਿਹਾ ਜਿਸ ਕਰਕੇ ਤੁਸੀਂ ਅੱਜ ਇੱਥੇ ਬੈਠੇ ਹੋ ਜਾਂ ਫਿਰ ਤਿੰਨ ਚਾਰ ਆਲਰੇਡੀ ਜਿਹੜੇ ਤੁਹਾਡੇ ਗਾਣੇ ਆ ਚੁੱਕੇ ਨੇ ਉਹ ਮਤਲਬ ਬਹੁਤ ਅੱਛੇ ਰਹੇ ਨੇ ਬਾਜੀ ਥੈਂਕਸ ਵੀ ਕਰਨਾ ਚਾਹੁੰਦਾ ਸਾਰੇ ਯਾਰਾ ਦੋਸਤਾਂ ਦਾ ਕਿ ਬਹੁਤ ਸਪੋਰਟ ਕੀਤਾ ਉਹਨਾਂ ਨੇ ਰਾਈਟ ਰਾਈਟ ਸੋ ਜਿਹੜੇ ਪ੍ਰੀਵੀਅਸਲੀ ਜਿਹੜੇ ਜਿਹੜੇ ਆਏ ਨੇ ਪ੍ਰੀਵੀਅਸ ਟਰੈਕਸ ਜਿਹੜੇ ਆਏ ਨੇ ਉਸ ਦੇ ਬਾਰੇ ਸਾਨੂੰ ਦੱਸੋ ਕਿ ਉਹ ਕਿਹੜੇ ਕਿਹੜੇ ਟਰੈਕ ਨੇ ਕਿੰਨੇ ਟਰੈਕ ਆ ਚੁੱਕੇ ਨੇ ਬਾਜੀ ਮੈਂ ਡੈਬਿਊ ਕੀਤਾ ਸੀ 2 ਸਾਲ ਪਹਿਲਾਂ ਆਜਾ ਮੇਰੇ ਸੱਜਣਾ ਤੋਂ ਹੂੰ ਹੂੰ ਪੀਟੀਸੀ ਨੇ ਬਹੁਤ ਸਾਥ ਦਿੱਤਾ ਸੀ ਉਹਨੂੰ ਬਹੁਤ ਬਹੁਤ ਵਧੀਆ ਰਿਸਪੌਂਸ ਵੀ ਉਹਨੂੰ ਬਹੁਤ ਵਧੀਆ ਮਿਲਿਆ ਸੀ। ਰਾਈਟ। ਉਸ ਤੋਂ ਬਾਅਦ ਮੇਰਾ ਇੱਕ ਕਾਬਿਲ ਟਰੈਕ ਰਿਲੀਜ਼ ਹੋਇਆ। ਉਸ ਤੋਂ ਬਾਅਦ ਮਹਿਸੂਸ ਹੋਇਆ ਸੀ ਫਿਰ ਅਥਰੇ ਸ਼ਰਾਬੀ ਨਾਓ ਹੁਣ ਦੁਆ Song ਰਿਲੀਜ਼ ਬਹੁਤ ਵਧੀਆ ਚੱਲ ਰਿਹਾ ਹੈ। ਥੈਟਸ ਗ੍ਰੇਟ। ਦੁਆ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਪਰ ਇਸ ਦੇ ਨਾਲ-ਨਾਲ ਜਿਵੇਂ ਪੁੱਛਿਆ ਕਿ ਅੱਜਕੱਲ ਦੀ ਜਿਹੜੀ ਪੰਜਾਬੀ 뮤직 ਇੰਡਸਟਰੀ ਹੈ ਇਸ ਦੇ ਵਿੱਚ ਆਪਣੇ ਆਪ ਨੂੰ ਕਿਸ ਤਰ੍ਹਾਂ ਮੇਨਟੇਨ ਇੱਕ ਆਰਟਿਸਟ ਨੂੰ ਕਰਨਾ ਚਾਹੀਦਾ। ਭਾਜੀ ਪਹਿਲੀ ਗੱਲ ਤਾਂ ਇਹਦੇ ਵਿੱਚ ਫਿਟਨੈਸ ਬਹੁਤ ਜ਼ਰੂਰੀ ਹੈ ਜਿਹੜੀ ਕਿ ਮੇਰੀ ਹੈ ਨਹੀਂਗੀ। ਮੈਂ ਬਹੁਤ ਟਰਾਈ ਕਰਦਾ ਹਾਲਾਂਕਿ ਤੁਸੀਂ ਦੁਆ ਗਾਣੇ ਦੇਖੋਗੇ ਦੁਆ ਗਾਣੇ ਲਈ ਮੈਂ ਸਪੈਸ਼ਲੀ ਉਸ ਉਸ ਗਾਣੇ ਦੀ ਵੀਡੀਓ ਲਈ ਮੈਂ 14 ਕਿਲੋ weight ਘਟਾਇਆ ਹਨਾ ਉਹਦੇ ਲਈ ਮਹਿਸੂਸ ਗਾਣੇ ਦੇ ਵਿੱਚ ਤੁਸੀਂ ਦੇਖੋਗੇ ਤੁਹਾਨੂੰ ਦੁਆ ਗਾਣੇ ਨਾਲੋਂ ਮੇਜਰ ਡਿਫਰੈਂਸ ਮਿਲੂਗਾ ਕੀ ਬਾਤ ਹੈ ਮੈਂ ਸਿਰਫ ਇਸ ਵੀਡੀਓ ਲਈ 14 ਕਿਲੋ weight ਲੂਸ ਕੀਤਾ ਸੀ ਹੁਣ ਫੇਰ ਬਿਜ਼ਨਸ ਤੇ ਬੈਠ ਕੇ ਥੋੜਾ ਹੋ ਗਿਆ ਨਾਲ ਨਾਲ ਚੱਲਦਾ ਰਹੂਗਾ ਹਰ ਵੀਡੀਓ ਦੇ ਵਿੱਚ ਨਵਾਂ ਮੇਕਓਵਰ ਕਰਦੇ ਰਾਵਾਂਗੇ ਦੂਸਰੇ ਨੰਬਰ ਤੇ ਹਰ ਇੱਕ ਗਾਣੇ ਦੇ ਵਿੱਚ ਲਿਰਿਕਸ ਬਹੁਤ ਮੈਟਰ ਕਰਦੇ ਨੇ ਲਿਰਿਕਸ ਬਹੁਤ ਵਧੀਆ ਹੋਣੀ ਜ਼ਰੂਰੀ ਨੇ ਫਿਰ ਮਿਊਜ਼ਿਕ ਵਧੀਆ ਹੋਵੇ ਤੇ ਬੰਦੇ ਨੂੰ ਗਾਉਣਾ ਹੋਵੇ ਤਾਂ ਮਿਹਨਤ ਕੀਤੀ ਹੋਵੇ ਤਾਂ ਫਿਰ ਆਪੇ ਰੱਬ ਤਰੱਕੀ ਪਰ ਰਮਨ ਨੂੰ ਕਿਹੋ ਜਿਹੇ ਗੀਤ ਸੁਣਨੇ ਪਸੰਦ ਨੇ ਕਿਸ ਤਰ੍ਹਾਂ ਦੇ ਗੀਤ ਸੁਣਾ ਚਾਹੋ ਪਾਜੀ ਫ੍ਰੈਂਕਲੀ ਅੱਜਕੱਲ ਦੇ ਟਾਈਮ ਦੇ ਵਿੱਚ ਜੇ ਹਿੱਟ ਹੋਣਾ ਤਾਂ ਡੀਜੇ ਬੀਟ ਸੌਂਗ ਬਹੁਤ ਜ਼ਰੂਰੀ ਨੇ ਓਕੇ ਪਰ ਜੋ ਮੈਨੂੰ ਪਸੰਦ ਨੇ ਹਨਾ ਜੇ ਗੱਲ ਕਰੀਏ ਤਾਂ ਰੋਮਾਂਟਿਕ ਜਾਂ ਸੈਡ ਦੀ ਅੱਛਾ ਜੋ ਦਿਲ ਨੂੰ ਸਕੂਨ ਦਿੰਦੇ ਨੇ ਰਾਈਟ ਰਾਈਟ ਸ਼ੁਰੂਆਤ ਅਬ ਮੂਝੇ ਰਾਤ ਦਿਨ ਗਾਣੇ ਤੋਂ ਹੋਈ ਸੀ ਤਾਂ ਉੱਥੋਂ ਹੀ ਹਾਲੇ ਤੱਕ ਉੱਥੋਂ ਹੀ ਤਾਰ ਜੜਤਾ ਨਾਲ ਜੁੜੀਆਂ ਹੋਈਆਂ ਨੇ ਦੇਖੋ ਜੀ ਮੈਂ ਤੁਹਾਡੇ ਮਿਲ ਤਾਂ ਘਰ ਦੇ ਨਾਲ ਵੀ ਕਹਿਣਾ ਚਾਹੁੰਗਾ ਕਿ ਮੁੰਡਾ ਰੂਹਦਾਰੀ ਵਾਲਾ ਮੁੰਡਾ ਹੈਗਾ ਜੀ ਇਸ ਨੂੰ ਤੁਸੀਂ ਸਿੰਗੀ ਨਾਲ ਜੁੜੇ ਰਹਿਣ ਦਿਓ ਗੱਲਾਂ ਬਹੁਤ ਵਧੀਆ ਕਰਦਾ ਹੈ ਸਿੰਗੀ ਨੂੰ ਲੈ ਕੇ ਜਾਂ ਫਿਰ ਗੀਤਾਂ ਨੂੰ ਲੈ ਕੇ ਔਰ ਇਹ ਚੀਜ਼ ਬਰਕਰਾਰ ਰਹਿਣੀ ਚਾਹੀਦੀ ਹੈ ਥੈਂਕ ਯੂ ਸੋ। ਅਪਾ ਤੁਹਾਡੇ ਨਵੇਂ ਟਰੈਕ ਦੇ ਬਾਰੇ ਆਪਾਂ ਗੱਲ ਕਰਾਂਗੇ ਦੂਆ ਪਰ ਆਪਾਂ ਇੱਕ ਕੰਮ ਕਰਦੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਦੋਸਤੋ ਪ੍ਰੇਕਟਵਾਦੀ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਫਰਸਟ ਲੁੱਕ ਦੇ ਵਿੱਚ ਮੈਂ ਗੱਲਬਾਤ ਕਰ ਰਿਹਾ ਰਮਨ ਗੋਇਲ ਨਾਲ ਰਮਨ ਹੁਣ ਤੱਕ ਦੇ ਜਿਹਨੇ ਟਰੈਕ ਆਏ ਨੇ ਉਹਨਾਂ ਦੇ ਵਿੱਚ ਤੁਹਾਡਾ ਫੇਵਰਟ ਟਰੈਕ ਕਿਹੜਾ ਰਿਹਾ ਭਾਈ ਦੇਖੋ ਹਰ ਇੱਕ ਆਰਟਿਸਟ ਨੂੰ ਹਰ ਇੱਕ ਆਪ ਦੇ ਗਾਣੇ ਤਾਂ ਸਾਰੇ ਹੀ ਵਧੀਆ ਲੱਗਦੇ ਆ ਪਰ ਜੋ ਮੇਰੇ ਦਿਲ ਨੂੰ ਹਨਾ ਬਹੁਤ ਪਸੰਦ ਆ ਮਹਿਸੂਸ ਗਾਣਾ ਮੈਨੂੰ ਬਹੁਤ ਵਧੀਆ ਲੱਗਦਾ ਅੱਛਾ ਮਹਿਸੂਸ ਗਾਣਾ ਉਹਦਾ ਅੱਜ ਤੱਕ ਦਾ ਜਿੰਨੇ ਵੀ ਟਰੈਕਸ ਕੀਤੇ ਨੇ ਮੈਂ ਸਭ ਤੋਂ ਵਧੀਆ ਰਿਸਪੌਂਸ ਵੀ ਮੈਨੂੰ ਉਹ ਗਾਣੇ ਨਾਲ ਮਹਿਸੂਸ ਇਸ ਕਰਕੇ ਵਧੀਆ ਲੱਗਦਾ ਕਿਉਂਕਿ ਉਸ ਬੱਟੀ ਗੜ ਤੇ ਮਿੱਠਾ ਬਹੁਤ ਗਾਇਆ ਠੀਕ ਹੈ ਹਾਂਜੀ ਹਾਂਜੀ ਰਾਈਟ ਰਾਈਟ ਤੇ ਜੇ ਮਹਿਸੂਸ ਗਾਣਾ ਪਤੜ ਤੋਂ ਸੁਣੀਏ ਜੀ ਜ਼ਰੂਰ ਜੀ ਤੇਰੇ پلਕਾਂ ਦੇ ਵਿੱਚ ਜੰਨਤ ਏ ਨੀ ਤੇਰੇ ਨੈਣਾਂ ਵਿੱਚ ਖੁਦਾਈ ਏ ਤੱਕ ਤੇਰੀ ਸੋਹਣੀ ਸੂਰਤ ਨੀ ਮੈਂ ਆਪਣੀ ਹੋਸ਼ ਗਵਾਈ ਏ ਤੇਰੇ ਨੈਣਾਂ ਦੇ ਵਿੱਚ ਡੁੱਬ ਕੇ ਨਹੀਂ ਜੀ ਚਾਉਂਦਾ ਕਿਧਰੇ ਖੋ ਜਾਵਾਂ ਤੇਰੀ ਧੜਕਨ ਵੀ ਮਹਿਸੂਸ ਕਰਾਂ ਮੈਂ ਤੇਰੇ ਨਾ ਨੇੜੇ ਉਹ ਜਵਾਨ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਰਮਨ ਦੇ ਪਿੱਛੇ ਕੋਈ ਰੀਜ਼ਨ ਵੀ ਹੈਗਾ ਕੋਈ ਕੁੜੀ ਕਾਣੀ ਨਾਲ ਪਿਆਰ ਤਾਂ ਨਹੀਂ ਹੈਗਾ ਹੈ ਪਾਜੀ ਕਾਲਜ ਟਾਈਮ ਤੇ ਜ਼ਰੂਰ ਸੀਗਾ ਅੱਛਾ ਪਰ ਉਸ ਤੋਂ ਬਾਅਦ ਘਰੇ ਵਾਪਸ ਆ ਗਏ ਬਸ ਜਦੋਂ ਮੁੰਡਾ ਚੰਡੀਗੜ੍ਹ ਪੜਦਾ ਹੁੰਦਾ ਸੀਗਾ ਚੰਡੀਗੜ੍ਹ ਪੜ੍ਹੇ ਹਾਂਜੀ ਚੰਡੀਗੜ੍ਹ ਜਦੋਂ ਮੁੰਡਾ ਚੰਡੀਗੜ੍ਹ ਪੜਦਾ ਸੀਗਾ ਉਦੋਂ ਪਿਆਰ ਹੋਇਆ ਸੀ ਫਿਰ ਘਰ ਦੇ ਨਾਲ ਪਰ ਆ ਗਏ ਜੀ ਜ਼ਰੂਰ ਜੀ ਹਾਂਜੀ ਉਸ ਤੋਂ ਬਾਅਦ ਫਿਰ ਕਹਿੰਦੇ ਬਿਜ਼ਨਸ ਤੇ ਲੋੜਾਂ ਆ ਗਏ ਕਹਿੰਦੇ ਕਿ ਆਦੇ ਸ਼ੈਲਰ ਸੰਭਾਲ ਇੱਥੇ ਹਾਂਜੀ 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 ਅੱਛਾ ਫਿਰ ਤਾਂ ਹੀ ਐਸੇ ਕਰਕੇ ਜਿਹੜੇ ਆਹ ਸੈਡ Song ਨੇ ਰੋਮੈਂਟਿਕ Song ਨੇ ਹੈ ਇਹ ਅੰਦਰੋਂ ਰੂਹਾਂ ਦੀਆਂ ਗੱਲਾਂ ਹੁੰਦੀਆਂ ਨੇ ਇਹੀ ਰੀਜ਼ਨ ਆ ਜੀ ਜ਼ਰੂਰ ਜੀ ਚਲੋ ਕੋਈ ਗੱਲ ਨਹੀਂ ਹਲੇ ਹੋਰ ਗਾਣੇ ਆਣੇ ਨੇ ਹਰੇ ਹੋਰ ਜ਼ਿੰਦਗੀ ਅੱਗੇ 90 ਟਰੈਕ ਦੀ ਜਿਹੜਾ ਹੁਣੇ ਚੱਲਦਾ ਦੂਆ ਜੀ ਦੂਆ ਦੇ ਬਾਰੇ ਸਾਨੂੰ ਦੱਸੋ ਕਿ ਇਸ ਦੀ ਪਲੈਨਿੰਗ ਕਿਸ ਤਰ੍ਹਾਂ ਬਣੀ ਪਾਜੀ ਇਸ ਤੋਂ ਪਹਿਲਾਂ ਅਥਰੇ ਸ਼ਰਾਬੀ ਗਾਣਾ ਕੀਤਾ ਸੀ ਜੋ ਕਿ ਬੀਟ Song ਸੀ ਅੱਛਾ ਉਸ ਤੋਂ ਬਾਅਦ ਮੈਂ ਕੁਝ ਚਾਹੁੰਦਾ ਸੀ ਕਿ ਮਾਰਕੀਟ ਦੇ ਵਿੱਚ ਨਵਾਂ ਲੈ ਕੇ ਆਈਏ ਜੋ ਕਿ ਹਲੇ ਤੱਕ ਪੰਜਾਬੀ ਇੰਡਸਟਰੀ ਦੇ ਵਿੱਚ ਨਾ ਆਇਆ ਹੋਵੇ ਰਾਈਟ ਮੈਂ ਇਹਨੂੰ ਥੋੜਾ ਬਾਲੀਵੁੱਡ ਦਾ ਟੱਚ ਦਿੱਤਾ ਅੱਛਾ ਤਾਂ ਕਿ ਪੰਜਾਬੀ ਇੰਡਸਟਰੀ ਬਿਲਕੁਲ ਇੱਕ ਵਾਰੀ ਹਿੱਲ ਜੀ ਹੈ ਨਾ ਗਾਣੇ ਨਾਲ ਔਰ ਵੀਡੀਓ ਦੇ ਵਿੱਚ ਥੋੜਾ ਨਵਾਂ ਫਲੇਵਰ ਦੇਣ ਦੀ ਕੋਸ਼ਿਸ਼ ਕੀਤੀ ਜਿਵੇਂ ਕਿ ਇਹਦੇ ਵਿੱਚ ਹਾਰਰ ਕਨਸੈਪਟ ਪੰਜਾਬੀ ਇੰਡਸਟਰੀ ਵਿੱਚ ਕਦੇ ਨਹੀਂ ਆਇਆ ਇਹਦੇ ਵਿੱਚ ਹਾਰਰ ਕਨਸੈਪਟ ਰੱਖਿਆ ਇਸ ਕਰਕੇ ਫਿਰ ਇਹ ਗਾਣਾ ਮੈਂ ਸੁਣਿਆ ਮੈਨੂੰ ਸੁਣਾਇਆ ਕਿਸੇ ਲਿਰਿਸਟ ਨੇ ਫਿਰ ਉਹਨੂੰ ਮੈਂ ਕੰਪੋਜ਼ ਕਰਵਾਇਆ ਫਿਰ ਇਹ ਹੌਲੀ ਹੌਲੀ ਬਣਦਾ ਗਿਆ ਤੇ ਮੈਨੂੰ ਵਧੀਆ ਲੱਗਿਆ ਤੇ ਫਿਰ ਮੈਂ ਕਿਹਾ ਇਹ ਕਰਨਾ ਚਾਹੀਦਾ ਹੈ ਗਾਣਾ ਅੱਛਾ ਤੇ ਇਹ ਵੀ ਯਾਰਾਂ ਦੋਸਤਾਂ ਨਾਲ ਮਿਲ ਜੁਲ ਕੇ ਹੋਇਆ ਜੀ ਯਾਰਾਂ ਦੋਸਤਾਂ ਦੇ ਤਾਂ ਹਾਲਪੁਰ ਕਰਦਿਆਂ ਦੀ سپورਟ ਤਾਂ ਹੁੰਦੀ ਆ ਚਲੋ ਪਰ ਇਸ ਲਾਈਨ ਦੇ ਵਿੱਚ ਥੋੜੀ ਘੱਟ سپورਟ ਕਰਦੇ ਨੇ ਉਹੀ ਬਿਜ਼ਨਸ ਕਲਾਸ ਥੋੜਾ ਆ ਜਾਂਦਾ ਹੈ ਪਰ ਯਾਰਾਂ ਦੋਸਤਾਂ ਨੂੰ ਵੀ ਪੂਰੀ سپورਟ ਤੇ ਇਸ ਦੀ ਜਿਹੜੀ ਰਿਕਾਰਡਿੰਗ ਤੁਸੀਂ ਕੀਤੀ ਹੈ ਨਾ ਉਸ ਤੋਂ ਬਾਅਦ ਜਦੋਂ ਤੁਸੀਂ ਤੁਹਾਨੂੰ ਇਹਦੇ ਲਿਰਿਕਸ ਬਹੁਤ ਪਸੰਦ ਆਏ ਉਸ ਤੋਂ ਬਾਅਦ ਜੇ ਅਪ ਮਿਊਜ਼ਿਕ ਦੀ ਗੱਲ ਕਰੀਏ ਤਾਂ ਫਿਰ ਮਿਊਜ਼ਿਕ ਤੁਸੀਂ ਕਿੰਨਾ ਤੋਂ ਲਿੱਤਾ ਕਿਹੜੇ ਮਿਊਜ਼ਿਕ ਡਾਇਰੈਕਟਰ ਜਿਨ੍ਹਾਂ ਨੇ ਮਹਿਸੂਸ ਗਾਣੇ ਦਾ ਮਿਊਜ਼ਿਕ ਕੀਤਾ ਹੈ ਵਿਸ਼ਾਲ ਠਾਕੁਰ ਜੀ ਚੰਡੀਗੜ੍ਹ ਤੋਂ ਉਹਨਾਂ ਨੇ ਇਹ ਗਾਣੇ ਨੂੰ ਮੈਂ ਉਹਨਾਂ ਨੂੰ ਭੇਜਿਆ ਇਹਨਾਂ ਦੇ ਦੋ ਤਿੰਨ ਤਰ੍ਹਾਂ ਦੇ ਮਿਊਜ਼ਿਕ ਉਹਨਾਂ ਨੇ ਕਰਕੇ ਭੇਜੇ ਹੂੰ ਹੂੰ ਮੈਨੂੰ ਆ ਮਿਊਜ਼ਿਕ ਬਹੁਤ ਵਧੀਆ ਲੱਗਿਆ ਨਾ ਤੇ ਮੈਂ ਉਹਨਾਂ ਬੰਦਿਆਂ ਦੀ ਸਿਫਤ ਵੀ ਤੁਹਾਡੇ ਸਾਹਮਣੇ ਸਾਰੇ ਸਾਹਮਣੇ ਕਰਨਾ ਚਾਹੂੰਗਾ ਇਹ ਗਾਣਾ ਅਸੀਂ ਕਿੰਨੇ ਵਾਰ ਇਹਨੂੰ ਮਤਲਬ ਕਟ ਵੱਢ ਕੇ ਕਟ ਵੱਢ ਕੇ ਬਹੁਤ ਕੁਝ ਕੀਤਾ ਇਹਦੇ ਵਿੱਚ ਕੰਪੋਜੀਸ਼ਨ ਬਾਰ-ਬਾਰ ਚੇਂਜ ਕਰਦੇ ਰਹੇ ਪਰ ਉਹ ਬੰਦੇ ਫੈਡ ਅਪ ਨਹੀਂ ਹੋਏ ਕਿੰਨੇ ਵਾਰ ਕੀਤਾ ਇਹਨੂੰ ਚੇਂਜ ਔਰ ਫਾਈਨਲੀ ਜੋ ਤੁਸੀਂ ਸੁਣ ਰਹੇ ਹੋ ਦੂਆ ਰਾਈਟ 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 ਸੋ ਇਹ ਵਿਸ਼ਾਲ ਜਿਹੜਾ 뮤జిక్ ਡਾਇਰੈਕਟਰ ਨੇ ਇਹਨਾਂ ਦੇ ਬਾਰੇ ਸਾਨੂੰ ਦੱਸੋ ਕਿ ਕਿਹੋ ਜਿਹਾ ਐਕਸਪੀਰੀਅੰਸ ਲੈਣਾ ਨਾ ਕੰਮ ਕਰਕੇ ਬਹੁਤ ਵਧੀਆ ਬੰਦੇ ਨੇ ਭਾਜੀ ਹਾਲਾਂਕਿ ਇਹਨਾਂ ਦੀ ਲੁੱਕ ਥੋੜੀ ਜੀ ਗੈਂਗਸਟਰ ਟਾਈਪ ਹੈਗੀ ਆ ਦੇਖ ਕੇ ਇਹਨਾਂ ਨੂੰ ਲੱਗਦਾ ਹੀ ਨਹੀਂ ਨਾ ਕਿ ਇੰਨਾ ਘੈਂਟ ਕੰਮ ਕਰਦੇ ਹੋਣਗੇ ਇਹਨਾਂ ਦਾ ਯੰਗ ਬਲੱਡ ਦੇ ਨਾਮ ਤੋਂ ਹੈਗਾ ਆ अच्छा जी बहुत बढ़िया काम कर, okay, okay, okay. Okay. ना ना काम कर great, दे ने ओके ओके और बहुत बढ़िया एक्सपीरियंस रहा इनना ਨਾਲ ਕੰਮ ਕਰਕੇ ਟੈਸਟ ਗ੍ਰੇਟ ਟੈਸਟ ਸਭ ਤੋਂ ਵੱਡੀ ਗੱਲ ਇਹ ਫੈਡ ਅਪ ਨਹੀਂ ਹੁੰਦੇ ਕੰਮ ਚੇਂਜ ਕਰਾਂ ਕਿ ਮੇਰਾ ਥੋੜੀ ਆਦਤ ਹੈਗੀ ਕਿ ਗਾਣਾ ਜਦੋਂ ਤੱਕ ਬਿਲਕੁਲ ਇਹ ਤਸੱਲੀ ਨਹੀਂ ਹੁੰਦੀ ਉਦੋਂ ਤੱਕ ਚੇਂਜ ਕਰਦੇ ਰਹਿੰਦੇ ਆ ਔਰ ਔਰ ਚੀਜ਼ ਹੋਣੀ ਵੀ ਚਾਹੀਦੀ ਤਾਂ ਇੰਪਰੂਵਮੈਂਟ ਹੁੰਦੀ ਹੈ ਪਰ ਵੀਡੀਓ ਕਨਸੈਪਟ ਦੇ ਬਾਰੇ ਤੁਸੀਂ ਗੱਲ ਕੀਤਾ ਕਿ ਇੱਕ ਹਾਰਰ ਕਨਸੈਪਟ ਇਸ ਦੇ ਵਿੱਚ ਅਸੀਂ ਲੈ ਕੇ ਆਏ ਆ ਇਹ ਕਨਸੈਪਟ ਤੁਹਾਡਾ ਸੀਗਾ ਜਾਂ ਫਿਰ ਜਿਹੜੇ ਵੀਡੀਓ ਡਾਇਰੈਕਟਰ ਸੀਗੇ ਉਹਨਾਂ ਦਾ ਸੀਗਾ ਪਾਜੀ ਮੇਰੇ ਜ਼ਹਿਨ ਦੇ ਵਿੱਚ ਸੀਗਾ ਕਿ ਕੁਝ ਨਵੀਂ ਚੀਜ਼ ਕਰਨੀ ਹੈ ਨਾ ਜੋ ਹਲੇ ਤੱਕ ਇੰਡਸਟਰੀ ਦੇ ਵਿੱਚ ਨਹੀਂ ਆਈ ਇਹ ਗਾਣਾ ਜਦੋਂ 뮤직 ਇਹਦਾ ਰੈਡੀ ਹੋਇਆ ਉਹਨਾਂ ਨੇ ਵਿਸ਼ਾਲ ਠਾਕੁਰ ਜੀ ਨੇ ਇਹਦੇ ਪਿੱਛੇ ਕੁਝ ਬੈਕ ਬੈਕਗ੍ਰਾਉਂਡ ਦੇ ਵਿੱਚ ਕੁਝ ਆਵਾਜ਼ਾਂ ਲਗਾਈਆਂ ਸੀਗੀਆਂ ਨਾ ਉਹਦੇ ਵਿੱਚ 뮤직 ਦੇ ਵਿੱਚ ਉਹ ਉਸ ਫੀਲ ਦੇ ਵਿੱਚ ਲੈ ਕੇ ਜਾ ਰਹੀ ਸੀ ਹਾਰਰ ਟਾਈਪ ਵਾਲੇ ਫੀਲ ਦੇ ਵਿੱਚ ਹੈ ਨਾ ਤੇ ਇਹ ਇਹ ਗੱਲ ਕੁਝ ਮੇਰੇ ਦਿਮਾਗ ਚ ਆਈ ਮੈਂ ਇਹ ਸਾਂਝੀ ਕੀਤੀ ਆਪਣੇ ਵੀਡੀਓ ਡਾਇਰੈਕਟਰ ਮੋਹਨ ਜੀ ਨੇ ਚੰਡੀਗੜ੍ਹ ਤੋਂ ਮੁਕਤੀ ਸਟੂਡੀਓਜ਼ ਤੋਂ ਕਰਦੇ ਨੇ ਕੰਮ ਉਹਨਾਂ ਦੇ ਲੇਬਲ ਜਿਹੜਾ ਹੈਗਾ ਉਹਨਾਂ ਨਾਲ ਉਹਨਾਂ ਨਾਲ ਕੀਤੀ ਮੈਂ ਸਾਂਝੀ ਹੈ ਨਾ ਉਹਨਾਂ ਨੇ ਉਹ ਕਹਿੰਦੇ ਭਾਜੀ ਬਹੁਤ ਵਧੀਆ ਚੀਜ਼ ਬਣ ਸਕਦੀ ਹੈ ਹੈ ਤੇ ਰਿਸਕੀ ਆ ਲੇਕਿਨ ਵਧੀਆ ਚੀਜ਼ ਬਣ ਸਕਦੀ ਹੈ ਫਿਰ ਅਸੀਂ ਇਹਨੂੰ ਅੱਗੇ ਪਲਾਨ ਕਰਨਾ ਸ਼ੁਰੂ ਕੀਤਾ ਓਕੇ ਤੇ ਬਣਦਾ ਬਣਦਾ ਫਾਈਨਲੀ ਰਾਈਟ 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 ਸੋ ਜੇ ਆਪਾਂ ਐਕਸਪੀਰੀਅੰਸ ਦੀ ਗੱਲ ਕਰੀਏ ਹੁਣ ਦੂਆ ਟਰੈਕ ਕੀਤਾ ਹੈ ਸ਼ੁਰੂਆਤ ਤੁਹਾਡੀ ਇੱਕ ਟਰੈਕ ਤੋਂ ਹੋਈ ਸੀ ਇਸ ਪੂਰੇ ਦੌਰਾਨ ਤੁਹਾਡਾ ਐਕਸਪੀਰੀਅੰਸ ਕੀ ਹੋ ਜਾ ਰਿਹਾ ਐਕਸਪੀਰੀਅੰਸ ਆਈ ਮੀਨ ਟੂ ਸੇ ਕੀ ਕੀ ਚੇਂਜਸ ਤੁਹਾਨੂੰ ਲੱਗੀਆਂ ਪਾਜੀ ਦੇਖੋ ਹਰ ਇੱਕ ਨਵੇਂ ਗਾਣੇ ਨਾਲ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਮੈਂ ਸਟਾਰਟਿੰਗ ਕੀਤੀ ਸੀ ਅਜ ਤੋਂ 2 ਸਾਲ ਪਹਿਲਾਂ ਆਜਾ ਮੇਰੇ ਸੱਜਣਾ ਟਰੈਕ ਤੋਂ ਹੂੰ ਹੂੰ ਉਸ ਤੋਂ ਬਾਅਦ ਅੱਜ ਦੂਆ ਗਾਣਾ ਲੈ ਕੇ ਆਇਆ ਤੁਹਾਨੂੰ ਤੁਹਾਨੂੰ ਆਡੀਅੰਸ ਨੂੰ ਸਾਰਿਆਂ ਨੂੰ ਇਸ ਦੇ ਵਿੱਚ ਸਿੰਗਿੰਗ ਦੇ ਵਿੱਚ ਪਤਾ ਲੱਗਦਾ ਹੋਣਾ ਹਰ ਇੱਕ ਦੇ ਵਿੱਚ ਮੈਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲਿਆ ਚਾਹੇ ਉਹ ਵੀਡੀਓ ਦੇ ਵਿੱਚ ਐਕਟਿੰਗ ਹੋਵੇ ਚਾਹੇ ਉਹ ਕੰਫੀਡੈਂਸ ਲੈਵਲ ਹੋਵੇ ਚਾਹੇ ਉਹ ਸਿੰਗਿੰਗ ਵਾਈਜ਼ ਹੋਵੇ ਰਿਕਾਰਡਿੰਗ ਟਾਈਮ ਜੋ ਗਾਣੇ ਆ ਉਹ 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 ਟਾਈਮ ਹੋਵੇ ਬਹੁਤ ਕੁਝ ਸਿੱਖਦੇ ਆ ਰਹੇ ਆ ਤੇ ਹੌਲੀ ਹੌਲੀ ਅੱਗੇ ਅਰਦਾਸ ਕਰਦਾ ਕਿ ਪੀਟੀਸੀ ਸੁਪਰਸਟਾਰ ਤੇ ਬੁਲਾਓ ਜਲਦੀ ਕੀ ਬਾਤ ਹੈ ਕੀ ਬਾਤ ਹੈ ਅੱਛਾ ਜੀ ਆਪਾਂ ਇਹ ਗਾਣਾ ਤੁਹਾਡੇ ਤੋਂ ਸੁਣਨਾ ਚਾਹੀਏ ਜੀ ਜ਼ਰੂਰ ਜੀ ਦੂਆ ਗਾਣਾ ਜੀ ਹਾਂਜੀ ਹਾਂ ਐਵੇਂ ਯਾਦ ਕਰਦਾ ਹਾਂ ਤੈਨੂੰ ਰੋਜ਼ ਮੈਂ ਆਰਾ ਜੀਵੇਂ ਕੋਈ ਕਰਦਾ ਹੈ ਦੁਆ ਤੈਨੂੰ ਜਦ ਦਾ ਪਾਇਆ ਏ ਕਿਉਂ ਅਹਿਸਾਸ ਹੁੰਦਾ ਏ ਮੈਨੂੰ ਮੇਰਾ ਰੱਬ ਹੀ ਮਿਲ ਗਿਆ ਹਦ ਤੋਂ ਵੱਧ ਕੇ ਜਨੂਨ ਮੇਰੇ ਸਾਹ ਚ ਤੂੰ ਮੇਰੇ ਜਿਸਮ ਚ ਰੂਹ ਤੇਰੀ ਕਿਵੇਂ ਹੋਵੇਗੀ ਜੁਦਾ ਕਿਆ ਬਾਤ ਹੈ ਕਿਆ ਬਾਤ ਹੈ ਲੋਰੀਆ ਰੂਦਾਰੀ ਵਾਲਾ ਇਨਸਾਨ ਹੈ ਰਮਨ ਗੋਲ ਹੈ ਆਪਾਂ ਹੋਰ ਬਥੇਰੀਆਂ ਗੱਲਾਂ ਕਰਾਂਗੇ ਠੀਕ ਹੈ ਜੀ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਲਈ ਸੁਮਿਲਦੇ ਆਪਾਂ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਫਰਸਟ ਲੁੱਕ ਦੇ ਵਿੱਚ ਮੈਂ ਗੱਲਬਾਤ ਕਰ ਰਿਹਾ ਰਮਨ ਗੋਲ ਦੇ ਨਾਲ ਰਮਨ ਜੀ ਮੈਂ ਪੁੱਛਾ ਤੁਹਾਡਾ ਤੋਂ ਕਿ ਸਾਡੀ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਜਾਂ ਫਿਰ ਸਾਡੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਿਹੜੇ ਸਿੰਗਰਸ ਨੂੰ ਤੁਸੀਂ ਫਾਲੋ ਕਰਦੇ ਹੋ ਤੇ ਕਿਹੜੇ ਹੋਣਗੇ ਪਾਜੀ ਮੈਂ ਸ਼ੁਰੂ ਤੋਂ ਹੀ ਸੋਨੂੰ ਨਿਗਮ ਜੀ ਨੂੰ ਫਾਲੋ ਕਰਦਾ ਹਾਂ ਬਾਲੀਵ ਬਿਲਕੁਲ ਦਿਲ ਤੱਕ ਪਹੁੰਚ ਦਿਆ ਹਰ ਇੱਕ ਗਾਣਾ ਉਹਨਾਂ ਦਾ ਜੋ ਵੀ ਕੋਈ ਰਿਲੀਜ਼ ਹੁੰਦਾ ਜਾਂ ਜੋ ਵੀ ਉਹ ਗਾ ਚੁੱਕੇ ਨੇ ਮੈਂ ਅੱਜ ਤੱਕ ਸਾਰੇ ਗਾਣੇ ਸੁਨੇ ਨੇ ਤੇ ਉਹਨਾਂ ਨੂੰ ਪੂਰਾ ਫੁੱਲ ਫੋਲੋ ਕਰਦਾ ਹਾਂ ਉਹਨਾਂ ਨੂੰ ਔਰ ਬਿਲਕੁਲ ਸਹੀ ਗੱਲ ਹੈ ਜੀ ਬਹੁਤ ਬਹੁਤ ਕਮਾਲ ਦੇ ਸਿੰਗਰ ਨੇ ਜੀ ਜੋ ਸਿੰਗਿੰਗ ਉਹ ਕਰ ਸਕਦੇ ਨੇ ਮੇਰੇ ਖਿਆਲ ਨਾਲ ਬਹੁਤ ਘੱਟ ਕੋਈ ਨਹੀਂ ਕਰ ਸਕਦਾ ਮੁਕਾਬਲਾ ਕਰਪਾ ਨਹੀਂ ਕਰ ਸਕਦਾ ਤੇ ਜੀ ਉਹਨਾਂ ਦਾ ਕੋਈ ਟ੍ਰੈਕ ਤੁਹਾਡਾ ਸੁਣਨਾ ਚਾਹਾਂ ਕਿਹੜਾ ਹੋਏਗਾ ਜੀ ਜ਼ਰੂਰ ਮੈਂ ਤੁਹਾਨੂੰ ਉਹਨਾਂ ਦਾ ਉਹ ਮੈਨੂੰ ਰਾਤ ਦੀ ਨੀ ਗਾਣਾ ਸੁਣ ਹੂੰ 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 ਅਬ ਮੁਝੇ ਰਾਤ ਦਿਨ तुम्हारा ही ख्याल है क्या कहूँ प्यार में दीवानों जैसा हाल है दीवानों जैसा हाल है तुम्हारा ही ख्याल है ओ mm. oh. ਲਾ ਲਾ ਕੀ ਬਾਤ ਹੈ ਜੀ ਕੀ ਇਹ ਸਾਡੇ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਪਾਜੀ ਮੈਨੂੰ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਸਿੰਗਰ ਤਾਂ ਬਹੁਤ ਨੇ ਜਿਵੇਂ ਬਿਲਾਲ ਸૈયਦ ਜੀ ਹੋਗੇ ਪ੍ਰਭ ਗਿੱਲ ਵਧੀਆ ਲੱਗਦੇ ਨੇ ਵੀਰਾ ਹੂੰ ਹੂੰ ਤੇ ਬਾਕੀ ਜੱਸੀ ਗਿੱਲ ਵਧੀਆ ਲੱਗਦੇ ਨੇ ਪ੍ਰਭ ਗਿੱਲ ਬਹੁਤ ਬਹੁਤ ਕਮਾਲ ਦੇ ਸਿੰਗਰ ਨੇ ਜੱਸੀ ਗਿੱਲ ਬਹੁਤ ਕਮਾਲ ਦੇ ਸਿੰਗਰ ਨੇ ਸੁਰੀਲੇ ਬੜੇ ਨੇ ਬਹੁਤ ਬਹੁਤ ਹਰ ਟ੍ਰੈਕ ਹੁੰਦਾ ਬਹੁਤ ਵਧੀਆ ਹੁੰਦਾ ਸੁਪਰ ਹਿੱਟ ਜਾ ਰਹੇ ਹੈ ਜੀ ਤੇ ਜੇ ਅਪਾ ਗੱਲ ਕਰੀਏ ਤੁਹਾਡੇ ਹੌਬੀਜ਼ ਦੀਆਂ ਇਸ ਤੋਂ ਇਲਾਵਾ ਤੁਹਾਡੇ ਕੀ ਸ਼ੌਬੀਜ਼ ਪਾਜੀ ਸਿੰਗਿੰਗ ਤੋਂ ਇਲਾਵਾ ਮੈਨੂੰ ਬੈਡਮਿੰਟਨ ਖੇਡਣ ਦਾ ਬਹੁਤ ਸ਼ੌਂਕ ਆ। ਕ੍ਰਿਕਟ ਦਾ ਮੈਂ ਦੋਨਾਂ ਦੀ ਨੈਸ਼ਨਲ ਖੇលਿਆ ਹੋਇਆ। ਬੈਡਮਿੰਟਨ ਦੇ ਵਿੱਚ ਵੀ ਆ ਗਿਆ। ਹਾਂਜੀ ਹਾਂਜੀ ਉਸ ਵਿੱਚ ਕਰ ਰਹੇ ਸਪੋਰਟ ਸੀਗਾ ਕਿ ਨਹੀਂ? ਹਾਂਜੀ ਕ੍ਰਿਕਟ ਦੇ ਵਿੱਚ ਬੈਡਮਿੰਟਨ ਦੇ ਵਿੱਚ ਕਾਫੀ ਸਪੋਰਟ ਕੀਤਾ ਉਹਨਾਂ ਨੇ। ਓਕੇ ਨੈਸ਼ਨਲ ਲੈਵਲ ਤੇ ਖੇលਿਆ ਹੋਇਆ। ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਨਾਲ-ਨਾਲ ਸਿੰਗਿੰਗ ਚੱਲਦੀ ਸੀ, ਨਾਲ-ਨਾਲ ਸਪੋਰਟਸ ਦੇ ਵਿੱਚ ਚੱਲਦਾ ਸੀ। ਉਸ ਤੋਂ ਬਾਅਦ ਉਸ ਬਿਜ਼ਨਸ ਦੇ ਵਿੱਚ ਲੋੜ ਪੈ ਗਈ ਤੇ ਫਿਰ ਘਰੇ ਆ ਗਏ ਸੀਗੇ। ਹੁਣ ਨਾਲ-ਨਾਲ ਉੱਥੇ ਇਹ ਬਿਜ਼ਨਸ ਚੱਲ ਰਿਹਾ, ਨਾਲ-ਨਾਲ ਸਿੰਗਿੰਗ ਦੀਆਂ ਤਿਆਰੀਆਂ ਚੱਲ। ਕਦੇ-ਕਦੇ ਮੇਰੇ ਅ ਜਦੋਂ ਖੇਡਣ ਦਾ ਮਨ ਕਰਦਾ ਹੋਊਗਾ ਤਾਂ ਖੇਡ ਲੰਦੇ ਹੋਗੇ ਜੀ ਜ਼ਰੂਰ ਦੀ ਦੋ ਹੱਥ ਜਮਾਈ ਦੇ ਆ ਜਿਗਰਾਵਾਂ ਲੈਣਾ ਵਾਹ ਜੀ ਜੀ ਜ਼ਰੂਰ ਜੀ ਭਾਜੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਅ ਕਿ ਅਗੇ ਫਿਊਚਰ ਪਲਾਨਸ ਜੋ ਨੇ ਹੋਰ ਕ੍ਰਿਟੀਕਲ ਟ੍ਰੈਕ ਤੁਸੀਂ ਲੈ ਕੇ ਆਉਂਗੇ ਉਹ ਕਿਹੜੇ ਹੋਣਗੇ ਭਾਜੀ ਹੁਣ ਅੱਗੇ ਜਿਹੜਾ ਮੈਰਿਜ ਸੀਜ਼ਨ ਆ ਰਿਹਾ ਹੈ ਨਾ ਉਹਦੇ ਵਾਸਤੇ ਬਹੁਤ ਕੈਂਟ ਟ੍ਰੈਕ ਬਣਾ ਰਿਆ ਐ ਮੈਂ ਦੋ ਤਿੰਨ ਡੀਜੇ ਸੌਂਗਸ ਅੱਛਾ ਉਸ ਤੋਂ ਪਹਿਲਾਂ ਇੱਕ ਰੋਮਾਂਟਿਕ ਸੌਂਗ ਹੋਰ ਕਰਾਂਗੇ ਓਕੇ ਤੇ ਅੱਗੇ ਦੇਖੋ ਲੈ ਕੇ ਆ ਰਹੇ ਆ ਰਾਈਟ ਤੁਹਾਡੀ ਜ਼ਿੰਦਗੀ ਦੇ ਵਿੱਚ ਜੇ ਤੁਸੀਂ ਆਨਸਰ ਦੇਣਾ ਚਾਹੋ ਕਿ ਕਿਹੜੇ ਲੋਗ ਨੇ ਜਿਨ੍ਹਾਂ ਕਰਕੇ ਤੁਸੀਂ ਅੱਜ ਇੱਥੇ ਬੈਠੇ ਹੋ ਤਾਂ ਕੌਣ ਹੋਣਗੇ ਦੇਖੋ ਜੀ ਮਦਰ ਫਾਦਰ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਮੈਂ ਥੈਂਕਸ ਕਰਨਾ ਚਾਹੂੰਗਾ ਕਿ ਉਹਨਾਂ ਨੇ ਮੈਨੂੰ ਇਸ ਧਰਤੀ ਤੇ ਲਿਆਂਦਾ ਹੂੰ ਹੂੰ ਉਹਨਾਂ ਕਰਕੇ ਜੋ ਵੀ ਹੈਗਾ ਅੱਜ ਉਹਨਾਂ ਕਰਕੇ ਹੈਗਾ ਆ ਰਾਈਟ ਉਸ ਤੋਂ ਬਾਅਦ ਮਨੀਸ਼ ਜੀ ਨੇ ਉਹਨਾਂ ਨੇ ਬਹੁਤ ਸਪੋਰਟ ਕੀਤਾ ਮੈਨੂੰ ਹਨਾ ਓਕੇ ਬਿਲਕੁਲ ਫਾਦਰ ਦੀ ਤਰ੍ਹਾਂ ਸਪੋਰਟ ਕਰਦੇ ਨੇ ਉਹ ਹੋ ਯਾਰ ਦੋਸਤ ਨਹੀਂ ਹੋ ਯਾਰ ਦੋਸਤ ਤਾਂ ਸ਼ੁਰੂ ਤੋਂ ਹੀ ਬਹੁਤ ਸਪੋਰਟ ਕਰਦੇ ਆ ਰਹੇ ਨੇ ਜੀ ਮੈਨੂੰ ਤੁਹਾਡੇ ਘਰ ਦੇ ਨੂੰ ਵੀ ਕਹਿਣਾ ਚਾਹੁੰਗਾ ਦੇਖੋ ਜੀ ਤੁਹਾਡਾ ਮੁੰਡਾ ਕਿੰਨਾ ਵਰੀਆ ਕੀ ਹਲੇ ਥੋੜੀ ਜੀ ਸਪੋਰਟ ਤੁਹਾਡੇ ਵੱਲੋਂ ਇਕੱਠਾ ਕੀ ਪਰ ਫਿਰ ਵੀ ਤੁਹਾਨੂੰ ਪੂਰਾ ਕਰੈਡ ਦਿੰਦਾ ਸੋ ਤੁਸੀਂ ਪੂਰਾ ਸਪੋਰਟ ਕਰਿਆ ਕਰੋ ਆਪਣੇ ਮੁੰਡੇ ਨੂੰ ਹਨਾ ਬਾਕੀ ਮੇਰਾ ਛੋਟਾ ਬ੍ਰਦਰ ਹੈਗਾ ਜੀ ਅੱਛਾ ਅੱਛਾ ਉਹ ਉਹ ਆੜਤ ਤੇ ਬੰਦਾ ਹਣਾ ਆਪਣਾ ਆੜਤ ਦਾ ਕੰਮ ਹੈਗਾ ਉਹ ਸਾਰੇ ਬੰਦਿਆਂ ਨੂੰ ਗਾਣਾ ਭੇਜਦਾ ਰਹਿੰਦਾ ਵਟਸਐਪ ਤੇ ਦੇਖੋ ਜੀ ਮੇਰੇ ਭਰਾ ਦਾਗਾ ਉਹ ਸ਼ੇਅਰਿੰਗ ਹੋ ਰਹੀ ਹੈ ਉਧਰ ਪੀਆਰ ਚੱਲਦੀ ਪਈ ਹੈ ਉਹਨਾਂ ਨੂੰ ਵੀ ਹਾਈ ਕਹਿ ਦਈਏ ਤੁਹਾਡਾ ਬਹੁਤ ਵੱਡਾ ਫੈਨ ਹੈਗਾ ਕੀ ਬਾਤ ਹੈ ਜੀ ਕੀ ਨਾਂ ਕੀ ਉਹਨਾਂ ਦਾ ਅਮਨ ਗੋਇਲ ਸੋ ਅਮਨ ਗੋਇਲ ਮੇਰੇ ਵੱਲੋਂ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਹਾਈ ਤੇ ਮਰੀਵ ਨੂੰ ਪਿਆਰ ਵੀ ਤੁਹਾਨੂੰ ਠੀਕ ਹੈ ਜੀ ਬਾਕੀ ਰਮਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ ਪੂਰਾ ਪੀਟੀਸੀ ਨੈਟਵਰਕ ਤੁਹਾਨੂੰ ਟੀ ਸਾਰੀ ਵਿਸ਼ੇਸ ਦਿੰਦਾ ਹੈ ਇਹ ਹੀ ਦੁਆ ਕਰਾਂਗੇ ਆਉਣ ਵਾਲੇ ਟ੍ਰੈਕ ਤੁਹਾਡੇ ਹਿੱਟ ਰਹਿਣ ਥੈਂਕ ਯੂ ਸੋ ਮਾਚ ਫਿਰ ਮੁਲਾਕਾਤ ਹੋਵੇ ਤੁਹਾਡੇ ਨਾਲ ਠੀਕ ਹੈ ਜੀ ਥੈਂਕ ਯੂ ਸੋ ਮਾਚ ਜੀ ਸੱਚੀ ਕਾਲ ਭਾਜੀ ਮੈਂ ਵੀ ਬਹੁਤ ਬਹੁਤ ਧੰਨਵਾਦ ਕਰਦਾ ਪੀਟੀਸੀ ਨੈਟਵਰਕ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾਇਆ ਬਹੁਤ ਪ੍ਰਮੋਟ ਕਰਦੇ ਨੇ ਮੈਨੂੰ ਸ਼ੁਰੂ ਤੋਂ ਹੀ ਉਹ ਤੇ ਸਾਰੇ ਦਰਸ਼ਕਾਂ ਦਾ ਜਿਹੜੇ ਪੀਟੀਸੀ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕ ਦੋਸਤੋ ਇਹ ਸੀ ਸਾਡੀ ਖਾਸ ਮੁਲਾਕਾਤ ਰਮਨ ਗੋਇਲ ਦੇ ਨਾਲ ਮੈਂ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਵੇਗੀ ਅਗਲੇ ਐਪੀਸੋਡ ਦੇ ਵਿੱਚ ਮੈਂ ਯਾਨਕਿ ਸਾਹਿਲ ਵਿਡੋਲਿਆ ਹਾਜ਼ਰ ਹੋਏਗਾ ਇੱਕ ਹੋਰ ਸਿੰਗਰ ਦੇ ਨਾਲ ਹੁਣ ਦਿਓ ਜੀ ਇਜਾਜ਼ਤ ਦੇਖਦੇ ਰਹੋ ਪੀਟੀਸੀ ਚੱਕ ਦੇ ਸਸਕਾ